ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸ਼ੁਰੂਆਤ ਕਰਦੇ ਜੀ ਅੱਜ ਦੀ ਵੀਡੀਓ ਤੋਂ, ਆਪਾਂ ਆਪਣੇ ਧਾਰੀਵਾਲ ਤੋਂ। ਅੱਜ ਦੀ ਵੀਡੀਓ ਸਾਡਾ ਮੁੱਦਾ ਵਾ, ਆਪਾਂ ਵੇਖਦੇ ਹਾਂ ਜੀ ਸਾਡਾ ਪੰਜਾਬ ਜਿਹੜਾ ਆਪਣਾ ਖਾਲੀ ਹੋ ਰਿਹਾ ਵਾ, ਨੌਜਵਾਨ ਰੁਜ਼ਗਾਰ ਜਿਹੜੇ ਨਾ ਆਪਣੇ ਛੱਡ ਕੇ, ਆਪਣੀਆਂ ਨੌਕਰੀਆਂ ਛੱਡ ਕੇ, ਆਪਣੇ ਰੁਜ਼ਗਾਰ ਛੱਡ ਕੇ ਅਤੇ ਬਾਹਰਲਿਆਂ ਦੇਸ਼ਾਂ ਵਿੱਚ ਜਾ ਕੇ ਕਿਸੇ ਦੇ ਅਧੀਨ ਕੰਮ ਕਰਨਾ ਪਸੰਦ ਕਰਨ ਦੇ ਨੇ। ਚਲੋ, ਰੁਜ਼ਗਾਰ ਨੂੰ ਲੈ ਕੇ ਹਿਜਰਤ ਹੁੰਦੀ ਆ, ਸਾਡਾ ਜਿਹੜਾ ਵਾ ਦਾਣੇ ਸਾਡੇ ਬਾਹਰ ਰੱਬ ਨੇ ਲਿਖੇ ਹੋ ਸਕਦੇ ਆ, ਪਰ ਫਿਰ ਵੀ ਸਾਨੂੰ ਕੁਝ ਨਾ ਕੁਝ ਸੋਚਣ ਦੀ ਲੋੜ ਜ਼ਰੂਰ ਹੈਗੀ ਆ। ਸੋ ਇਸੇ ਮੁੱਦੇ 'ਤੇ ਆਪਾਂ ਆਪਣੀ ਵੀਡੀਓ ਦਾ ਅੱਜ ਸਾਡਾ ਵਿਸ਼ਾ ਵਾ। ਮੈਂ ਖੜ੍ਹਾ ਵਾਂ ਜੀ ਇਸ ਵਕਤ ਧਾਰੀਵਾਲ ਨਵੀਂ ਆਬਾਦੀ ਦੇ ਏਰੀਏ 'ਚ। ਮੇਰੇ ਪਿੱਛੇ ਤੁਸੀਂ ਵੇਖ ਰਹੇ ਜੀ ਅਮੁੱਲ ਕੰਪਨੀ ਦਾ ਇੱਕ ਫੂਡ ਪ੍ਰੋਡਕਟ ਦਾ, ਖਾਣ ਪੀਣ ਦਾ, ਡੇਅਰੀ ਉਤਪਾਦ ਦਾ ਇੱਕ ਸ਼ੋਪ ਆ, ਦੁਕਾਨ ਆ। ਅਤੇ ਇਹ ਉਹ ਵੀਰ ਆ ਜਿਨ੍ਹਾਂ ਨੇ ਕਦੀ ਆਪਣੀ ਜੋਬ ਛੱਡ ਕੇ ਅਤੇ ਆਪਣੇ ਕਾਰੋਬਾਰ ਨੂੰ ਪ੍ਰੈਫਰ ਕੀਤਾ ਅਤੇ ਆਪਣੇ ਪੰਜਾਬ ਵਿੱਚ ਕੀਤਾ ਵਾ। ਸੋ ਸਾਡਾ ਫਰਜ਼ ਬਣਦਾ ਵਾ ਆਪਣੇ ਭਾਈਚਾਰੇ ਨੂੰ, ਆਪਣੇ ਪੰਜਾਬੀਆਂ ਨੂੰ ਸਪੋਰਟ ਕਰਨੀ। ਇਹਦਾ ਜਿਹੜਾ ਪ੍ਰੋਪਰ ਐਡਰੈਸ ਆ NRE ਕੁਲੈਕਸ਼ਨ, ਅਤੇ ਸੂਬੇਦਾਰ ਜਿਹੜਾ ਕਿਸਾਨ ਮਾਰਟ ਆ ਉਹਦੇ ਬਿਲਕੁਲ ਸਾਹਮਣੇ ਔਨ ਰੋਡ ਇਹਦਾ ਜਿਹੜਾ ਲੋਕੇਸ਼ਨ ਆ। ਅਤੇ ਆਪਾਂ ਅੱਜ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਇਹਨਾਂ ਨੇ ਬਾਹਰ ਕਿਉਂ ਨਹੀਂ ਗਏ ਅਤੇ ਆਪਣਾ ਕਾਰੋਬਾਰ ਕਿਉਂ ਕੀਤਾ ਵਾ, ਅਤੇ ਇੱਕ ਹੋਰ ਗੱਲਾਂ ਜਿਹੜੀਆਂ ਕਰਨ ਵਾਲੀਆਂ ਵਾਂ ਲਾਜ਼ਮੀਆਂ ਕਰਨੀਆਂ। ਜਿਵੇਂ ਆਪਾਂ ਅਜੇ ਨਹੀਂ ਸੋਚਣ ਡੇ, ਪਰ 50 ਸਾਲ 100 ਸਾਲ ਬਾਅਦ ਸਾਨੂੰ ਜੋ ਸਿੱਟੇ ਭੁਗਤਣੇ ਪੈਣੇ ਆ ਨਾ, ਉਹਨਾਂ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਵਾ। ਵੇਖੋ, ਜੇ ਤਾਂ ਕੋਈ ਬਾਹਰ ਜਾਂਦਾ ਵਾ ਉਹਦੇ ਪੈਰ ਇੱਥੇ ਵੀ ਹੈਗੇ ਆ ਅਤੇ ਬਾਹਰ ਵੀ ਹੈਗੇ ਆ, ਮਤਲਬ ਦੋਵੇਂ ਬੰਨੇ ਵਸੇਬੇ ਰਹਿੰਦੇ ਆ, ਫਿਰ ਤਾਂ ਸਾਨੂੰ ਕੋਈ ਖਾਸ ਫਰਕ ਨਹੀਂ ਪੈਂਦਾ। ਫਿਰ ਤਾਂ ਚਲੋ ਅਸੀਂ ਵਿਕਾਸ ਤੌਰ 'ਤੇ ਤਰੱਕੀ ਕਰਾਂਗੇ, ਡਿਵੈਲਪਮੈਂਟ ਹੁੰਦੀ ਆ, ਪਰ ਜੇ ਆਪਾਂ ਇੱਥੋਂ ਆਪਣੇ ਸਾਰੇ ਪੈਰ ਪੁੱਟ ਲੈਂਦੇ ਹਾਂ, ਸਭ ਕੁਝ ਵੇਚ ਜਾਂਦੇ ਹਾਂ, ਬਾਹਰ ਚਲ ਜਾਂਦੇ ਹਾਂ, ਅਤੇ ਉਹਦੇ ਸਿੱਟੇ ਬੜੇ ਭਿਅੰਕਰ ਨਿਕਲਣੇ ਆ ਜਿਹੜੇ ਸਾਨੂੰ 50-100 ਸਾਲ ਬਾਅਦ ਪਤਾ ਲੱਗਣਾ ਵਾ। ਤੁਹਾਨੂੰ ਦੱਸਣਾ ਵੀ ਉਹ ਕਿੱਦਾਂ, ਇੱਕ ਸਾਇੰਟੀਫਿਕ ਟਰਮ ਆ ਕਿ ਜਿਹੜੇ ਬਾਹਰਲੇ ਦੇਸ਼ ਦੇ ਜੋ ਅੰਗਰੇਜ਼ ਆ ਉਹਨਾਂ ਦੀ ਚਮੜੀ, ਉਹਨਾਂ ਦੇ ਵਾਲਾਂ ਦਾ ਰੰਗ ਇੱਦਾਂ ਦਾ ਕਿਉਂ ਹੁੰਦਾ ਵਾ, ਬੂਰਾ ਚਿੱਟਾ ਕਿਉਂ ਹੁੰਦਾ ਵਾ, ਆਪਾਂ ਕਹਿ ਦਿੰਦੇ ਹਾਂ ਅੰਗਰੇਜ਼, ਪਰ ਅਸੀਂ ਸੋਚਦੇ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਪੌਣ ਪਾਣੀ ਹੈ ਨਾ ਉਹ ਅਸਰ ਕਰਦਾ ਵਾ। ਪੌਣ ਪਾਣੀ ਕਰਕੇ ਉਹਨਾਂ ਦਾ ਜਿਹੜਾ ਸਕਿਨ ਦਾ ਟਿਊਨ, ਬੋਡੀ ਸਟਰਕਚਰ, ਬੋਡੀ ਦਾ ਵਿਕਾਸ ਉੱਦਾਂ ਦਾ ਹੁੰਦਾ ਵਾ। ਅਤੇ ਜਦੋਂ ਸਾਡੇ ਨਿਆਣਿਆਂ ਨੂੰ ਉੱਥੇ ਗਿਆ ਨੂੰ 100 ਸਾਲ ਹੋ ਜਾਣਾ ਵਾ, ਇੱਥੋਂ ਉਹਨਾਂ ਨੇ ਆਪਣਾ ਸਾਰਾ ਕੁਝ ਮੁਕਾਤਾ ਵਾ, ਅਤੇ ਉਹਨਾਂ ਦੇ ਜਿਹੜੇ 100 ਸਾਲ ਬੀਤ ਜਾਣੇ ਆ ਅਤੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਅੰਗਰੇਜ਼ਾਂ ਵਰਗੇ ਜੰਮਣੇ ਸ਼ੁਰੂ ਹੋ ਜਾਣੇ ਆ, ਕਿਉਂਕਿ ਜਿਹੜੇ ਜੀਨ ਆ ਉਹ ਚੇਂਜ ਹੋ ਜਾਣੇ ਆ। ਇਹ ਪੱਕੀ ਗੱਲ ਆ, ਕਿਉਂਕਿ ਇੱਥੋਂ ਉਹ ਨਹੀਂ ਆਉਂਦੇ, ਉੱਥੇ ਰਹਿੰਦੇ ਆ, ਪੌਣ ਪਾਣੀ ਨੇ ਸਭ ਕੁਝ ਚੇਂਜ ਕਰ ਦੇਣਾ ਵਾ, ਵਿੱਚੋਂ ਇੱਕ ਪੀੜ੍ਹੀ ਨੇ ਸਾਡੇ ਨਲਾਇਕੀ ਵਰਤਣੀ ਹੈ ਕਿ ਆਪਣਾ ਸੁਨੇਹਾ ਜਿਹੜਾ ਆਪਣੇ ਬੱਚਿਆਂ ਤੱਕ ਨਹੀਂ ਪਹੁੰਚਾਇਆ ਜਾਣਾ। ਇਹੋ ਜੋ ਪੀੜ੍ਹੀ ਆਉਣੀ ਆ ਉਹਨੇ ਸੁਨੇਹਾ ਨਹੀਂ ਪਹੁੰਚਾ ਸਕਣਾ, ਅਤੇ ਬੱਚੇ ਜੋ ਉੱਥੇ ਰਹਿੰਦੇ ਹੋਣੇ ਆ ਉਹਨਾਂ ਨੇ ਉੱਥੋਂ ਦੇ ਜਿਹੜਾ ਕਲਚਰ ਆ ਉਹ ਗ੍ਰਹਿਣ ਕਰ ਜਾਣਾ ਵਾ, ਅਤੇ ਇਹ ਪੰਜਾਬੀਆਂ ਦਾ ਜਿਹੜਾ ਸਿਸਟਮ ਆ ਉਹ ਬਿਲਕੁਲ ਡੈੱਡ ਹੋ ਜਾਣਾ ਵਾ, ਅਤੇ ਅਸੀਂ ਫਿਰ ਰੋਣਾ ਵਾ, ਖੂਨ ਦੇ ਹੰਝੂ ਰੋਵਾਂਗੇ, ਅਤੇ ਬਾਅਦ 'ਚ ਸਭ ਕੁਝ ਸਾਡਾ ਖਤਮ ਹੋ ਜਾਣਾ ਵਾ। ਜੇ ਬਾਹਰ ਜਾਣਾ ਮੁਬਾਰਕ ਆ, ਇਹ ਪਰ ਆਪਣੇ ਪੰਜਾਬ ਨੂੰ ਛੱਡੋ ਨਾ, ਪੰਜਾਬ ਵਿੱਚ ਘਰ ਆਪਣੀ ਜ਼ਮੀਨਾਂ ਵੇਚੋ ਨਾ, ਰੱਖੋ, ਬਾਹਰ ਜਾਓ, ਜ਼ਰੂਰ ਜਾਓ, ਮੈਂ ਨਹੀਂ ਕਹਿੰਦਾ ਨਾ ਜਾਓ, ਆਪਣਾ ਰੁਜ਼ਗਾਰ ਪਾਲੋ ਜਿੱਦਾਂ ਪਾਲਦੇ ਜੇ, ਪਰ ਆਪਣੇ ਪੰਜਾਬ ਦੇ ਕੰਮਾਂ ਨੂੰ ਸਪੋਰਟ ਜ਼ਰੂਰ ਰੱਖੋ, ਇਹਨੂੰ ਛੱਡ ਕੇ ਨਾ ਜਾਓ। ਸੋ ਇਹ ਆਪਾਂ ਹੁਣ ਅੰਦਰ ਜਾਂਦੇ ਹਾਂ, ਉੱਥੇ ਜਾ ਕੇ ਵੇਖਦੇ ਹਾਂ ਸਾਰਾ ਕੁਝ ਸਿਸਟਮ, ਤੁਹਾਨੂੰ ਦੱਸਦੇ ਹਾਂ ਵੀ
ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਿਲਦੀਆਂ ਵਾ ਅਤੇ ਸਪੋਰਟ ਕਰਨੀ ਚਾਹੀਦੀ ਆ ਅਤੇ ਆਪਾਂ ਵੀ ਸਪੋਰਟ ਕਰਾਂਗੇ। ਮੈਂ ਇੱਥੇ ਉੱਦਾਂ ਹੀ ਆਇਆ ਹਾਂ ਅਤੇ ਸੋਚਿਆ ਵੀ ਵੀਰ ਹੁਣੀ ਕੰਮ ਕਰਦੇ ਆ ਅਤੇ ਇੱਕ ਮਸਲਾ ਬਣਦਾ ਵਾ, ਪ੍ਰਮੋਟ ਕਰਨਾ ਚਾਹੀਦਾ ਵਾ। ਚਲੋ ਹੁਣ ਅੰਦਰ ਚੱਲਦੇ ਹਾਂ, ਆਪਾਂ ਵੇਖਦੇ ਹਾਂ ਵੀਡੀਓ ਦਾ ਅਸਲੀ ਮੁੱਦਾ। ਹੁਣ ਮੈਂ ਆ ਚੁੱਕਿਆ ਜੀ ਸ਼ੋਪ ਦੇ ਅੰਦਰ ਅਤੇ ਆਪਾਂ ਹੁਣ ਗੱਲ ਕਰਨੀ ਆ। ਮੇਰੇ ਨਾਲ ਹੀ ਖੜੇ ਆ ਸੰਦੀਪ ਭਾਅ ਜੀ। ਹੋਰ ਭਾਅ ਜੀ ਠੀਕ ਠਾਕ ਜੀ? ਭਾਅ ਜੀ ਨਾ ਇਹ ਭਾਅ ਜੀ ਉਹਨਾਂ ਨਾਲ ਗੱਲ ਕਰਨੇ ਹਾਂ ਅਤੇ ਜਾਣਦੇ ਹਾਂ ਵੀ ਕਾਰੋਬਾਰ ਤੁਸੀਂ ਵੇਖ ਲਿਆ ਵੀ ਰੱਬ ਦੀ ਮਿਹਰ ਆ, ਉੱਦਾਂ ਲੋਕ ਜਿਹੜੇ ਆ ਸਪੋਰਟ ਕਰ ਰਹੇ ਆ ਵੀ ਰਹੇ ਆ। ਗਰਮੀਆਂ ਆ ਗਈਆਂ ਭਾਅ ਜੀ, ਸੀਜ਼ਨ ਚੱਲ ਪਿਆ ਹੈ ਨਾ। ਹੁਣ ਗੱਲ ਕਰਦੇ ਹਾਂ ਭਾਅ ਜੀ ਉਹਨਾਂ ਨਾਲ ਅਤੇ ਜਾਣਦੇ ਹਾਂ ਇਹ ਸ਼ੋਪ 'ਤੇ ਕਿਹੜੀ ਕਿਹੜੀਆਂ ਸਮਾਨ ਆ, ਕਿਹੜੀ ਕਿਹੜੀ ਚੀਜ਼ਾਂ ਸਾਨੂੰ ਖਾਣ ਪੀਣ ਨੂੰ ਮਿਲ ਜਾਂਦੀਆਂ ਵਾ ਈਜ਼ੀਲੀ, ਕਿਉਂਕਿ ਸਾਨੂੰ ਕਈ ਪਤਾ ਨਹੀਂ ਹੁੰਦਾ ਵੀ ਅਮੁੱਲ ਦੀਆਂ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ ਵਾ। ਸਾਨੂੰ ਸਿਰਫ ਦੁੱਧ ਦਾ ਪਤਾ, ਲੱਸੀ ਦਾ ਪਤਾ, ਦਹੀਂ ਦਾ ਪਤਾ ਮੇਨਲੀ, ਬਾਕੀ ਭਾਅ ਜੀ ਹੁਣ ਸਾਨੂੰ ਜਾਣਕਾਰੀ ਆਪ ਦੇਣਗੇ। ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮੇਂ ਕੱਢਿਆ ਅਤੇ ਜਿਹੜੇ ਸਾਡੇ ਸਟੋਰ 'ਤੇ ਅਮੂਲ ਦੇ ਆਈਸਕ੍ਰੀਮ ਪਾਰਲਰ 'ਤੇ ਵਿਜ਼ਿਟ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੱਛਾ ਭਾਅ ਜੀ, ਪਹਿਲੀ ਗੱਲ ਤਾਂ ਮੇਰੀ ਇਹ ਆ ਵੀ ਜਿਹੜੀ ਮੇਰੇ ਦਿਮਾਗ 'ਚ ਕਿ ਆਮ ਤੌਰ 'ਤੇ ਮੁੰਡੇ ਨੌਕਰੀਆਂ ਛੱਡ ਕੇ ਆਪਣਾ ਕੰਮ ਛੱਡ ਕੇ ਬਾਹਰ ਜਾਂਦੇ ਆ, ਤੁਸੀਂ ਇਹ ਕੰਮ ਨੂੰ ਸੈਟ ਕੀਤਾ ਵੀ ਮੈਂ ਕੰਮ ਪੰਜਾਬ 'ਚ ਕਰਨਾ ਵਾ ਅਤੇ ਆਹ ਕੰਮ ਕਰਨਾ ਵਾ ਅਮੂਲ ਦੀਆਂ ਚੀਜ਼ਾਂ ਦਾ, ਪਰ ਇਸ ਬਾਰੇ ਦਿਓ ਜਾਣਕਾਰੀ ਵੀ ਤੁਹਾਡੇ ਮਨ 'ਚ ਕੀ ਵਿਚਾਰ ਰਹੀ ਜਿਹੜਾ ਕੰਮ ਇੱਥੇ ਸ਼ੁਰੂ ਕੀਤਾ ਵਾ, ਅਤੇ ਹੋਰ ਅਮੂਲ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣ ਵਾਸਤੇ ਆਉਂਦੀਆਂ ਵਾ? ਆਮ ਤੌਰ 'ਤੇ ਸਾਨੂੰ ਇਹੋ ਪਤਾ ਹੁੰਦਾ ਵੀ ਸਿੰਪਲ ਜੋ ਮੈਂ ਦੱਸੀਆਂ ਕਿ ਜਿਹੜੀ ਜਿਹੜੀ ਗੁੱਝੀਆਂ ਚੀਜ਼ਾਂ ਉਹ ਲੋਕਾਂ ਨੂੰ ਨਹੀਂ ਜਾਣਕਾਰੀ, ਉਹਦੀ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਜੀ, ਨੌਕਰੀ ਕਰਨੀ ਇੱਕ ਅਲੱਗ ਕਿੱਤਾ ਵਾ, ਆਪਣਾ ਬਿਜ਼ਨਸ ਕਰਨਾ ਅਲੱਗ ਹੈ। ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਜਿੰਨੀ ਮਿਹਨਤ ਕਰਦੇ ਹੋ ਉਹ ਤੁਹਾਨੂੰ ਬੈਨੀਫਿਟ ਤੁਹਾਨੂੰ ਮਿਲਦਾ ਲੌਂਗ ਟਰਮ ਦੇ ਵਿੱਚ। ਜੋਬ ਦੇ ਵਿੱਚ ਤੁਹਾਡੀ ਸਿਕਿਉਰਿਟੀ ਜ਼ੀਰੋ ਆ, ਤੁਸੀਂ ਜਿੰਨਾ ਮਰਜ਼ੀ ਹਾਈ 'ਤੇ ਚਲ ਜਾਓ ਉਸ ਤੋਂ ਬਾਅਦ ਤੁਹਾਨੂੰ ਹਮੇਸ਼ਾ ਡਰ ਲੱਗਾ ਰਹਿੰਦਾ ਕਿ ਕੱਲ੍ਹ ਨੂੰ ਕੁਛ ਹੋ ਨਾ ਜਾਏ, ਜ਼ੀਰੋ 'ਤੇ ਦੁਬਾਰਾ ਨਾ ਆ ਜਾਈਏ। ਅਤੇ ਬਿਜ਼ਨਸ ਦਾ ਇਹ ਵਾਧਾ ਵਾ ਕਿ ਬਿਜ਼ਨਸ ਦੇ ਵਿੱਚ ਤੁਸੀਂ ਅੱਜ ਮਿਹਨਤ ਕਰਦੇ ਹੋ ਅਤੇ ਟਾਈਮ ਪਾ ਕੇ ਤੁਹਾਨੂੰ ਇਹਦਾ ਫਲ ਮਿਲਦਾ ਵਾ। ਅਤੇ ਮੈਂ ਵੀ ਬਸ ਤੁਹਾਡੇ ਸਹਿਯੋਗ ਨਾਲ, ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਇਹ ਕੰਮ ਸ਼ੁਰੂ ਕੀਤਾ, ਮੈਨੂੰ ਬਹੁਤ ਵਧੀਆ ਸਹਿਯੋਗ ਦਿੱਤਾ, ਬਹੁਤ ਲੋਕਾਂ ਨੇ ਬਹੁਤ ਮਤਲਬ ਕਿ ਸਾਨੂੰ ਸਪੋਰਟ ਕੀਤੀ ਆ ਅਤੇ ਮੈਂ ਬਹੁਤ ਧੰਨਵਾਦ ਆ ਧਾਰੀਵਾਲ ਸ਼ਹਿਰ ਦਾ, ਪਲੱਸ ਲਾਗੇ ਛਾਗੇ ਜਿੰਨੇ ਵੀ ਪਿੰਡ ਨੇ ਉਹਨਾਂ ਤੋਂ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਆਉਂਦੇ ਨੇ ਸਾਡੀ ਸਪੋਰਟ ਕਰਦੇ ਨੇ। ਇਹ ਧਾਰੀਵਾਲ ਸ਼ਹਿਰ ਦੇ ਵਿੱਚ ਅਮੂਲ ਦਾ ਆਊਟਲੈਟ ਖੁੱਲ੍ਹਿਆ, ਇਸ ਆਊਟਲੈਟ ਦੇ ਵਿੱਚ ਐਕਸਕਲੂਸਿਵ ਅਮੂਲ ਦੀ ਹਰ ਚੀਜ਼ ਤੁਹਾਨੂੰ ਅਵੇਲੇਬਲ ਹੁੰਦੀ ਆ। ਅਮੂਲ ਦੀ ਦੁੱਧ, ਦਹੀਂ, ਲੱਸੀ, ਔਰਗੈਨਿਕ ਚੀਜ਼ਾਂ ਇਹਨਾਂ ਦੀਆਂ ਆਉਂਦੀਆਂ, ਔਰਗੈਨਿਕ ਆਟਾ, ਦਾਲਾਂ, ਮਸਰ, ਚਾਵਲ, ਹਰ ਚੀਜ਼ ਔਰਗੈਨਿਕ ਮਿਲਦੀ ਆ। ਦੇਸੀ ਘਿਓ ਮਿਲਦਾ ਆ, ਗਾਈਂ ਦਾ, ਮੱਝ ਦਾ ਦੇਸੀ ਘਿਓ, ਫਰੈਸ਼ ਕਰੀਮ ਮਿਲਦੀ ਆ ਇੱਥੇ। ਪਲੱਸ ਅਮੂਲ ਦੀ ਹਰ ਚੀਜ਼, ਅਮੂਲ ਦਾ ਦੁੱਧ ਮਿਲਦਾ, ਅਮੂਲ ਦੀ ਆਈਸਕ੍ਰੀਮ, ਹਰ ਵਰਾਇਟੀ ਆਈਸਕ੍ਰੀਮ ਦੀ ਮਿਲਦੀ ਆ, ਔਰ ਜਿੰਨੀ ਵੀ ਨਵੀਂ ਤੋਂ ਨਵੀਂ ਜਿੰਨੀ ਵਰਾਇਟੀ ਅਮੂਲ ਦੀ ਆਉਂਦੀ ਆ ਤੁਹਾਨੂੰ ਐਕਸਕਲੂਸਿਵ ਸਟੋਰ ਦੇ ਵਿੱਚ ਇੱਥੋਂ ਮਿਲਦੀ ਆ। ਅਮੂਲ ਦੇ ਵਿੱਚ ਤੁਹਾਨੂੰ ਪੀਨਟ ਬਟਰ ਅਵੇਲੇਬਲ ਨੇ, ਔਰ ਅਮੂਲ ਦੇ ਵਿੱਚ ਤੁਹਾਡੇ ਕੋਲ ਪਨੀਰ ਆ, ਰਸ ਮਲਾਈ ਆ, ਦੋ ਫਲੇਵਰ ਆ, ਮੈਂਗੋ ਫਲੇਵਰ ਆ, ਪਲੇਨ ਰਸ ਮਲਾਈ ਆ। ਅਮੂਲ ਦੇ ਵਿੱਚ ਤੁਹਾਡੇ ਕੋਲ ਮਿੰਨੀ ਪੀਜ਼ਾ ਵਾ, ਅਮੂਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਮਠਿਆਈ ਦੇ ਵਿੱਚ ਵੀ ਅਮੂਲ ਕਾਫੀ ਨਵੀਆਂ ਨਵੀਆਂ ਚੀਜ਼ਾਂ ਲਾਂਚ ਕਰਦਾ, ਰਸਗੁੱਲੇ ਆ, ਗੁਲਾਬ ਜਾਮੁਨ ਆ, ਕੇਸਰ ਪੇੜਾ ਵਾ, ਕਾਜੂ ਕਤਲੀ ਬਰਫੀ ਆ, ਅਤੇ ਅਮੂਲ ਦੇ ਆਈਸਕ੍ਰੀਮ ਸੈਂਡਵਿਚ ਆ ਜੋ ਕਿ ਬਹੁਤ ਜ਼ਿਆਦਾ ਸੇਲ ਦੇ ਵਿੱਚ ਆ, ਕਸਾਟਾ ਵਾ, ਅਤੇ ਅਮੂਲ ਦੀਆਂ ਨਵੀਆਂ ਨਵੀਆਂ ਟਰਾਈਕੋਨ 10 ਰੁਪਏ ਦੇ ਵਿੱਚ, ਅਮੂਲ ਦੀ 5 ਰੁਪਏ ਤੋਂ ਆਈਸਕ੍ਰੀਮ ਸ਼ੁਰੂ ਹੋ ਜਾਂਦੀ ਆ, ਹਰ ਰੇਂਜ ਦੇ ਵਿੱਚ ਅਵੇਲੇਬਲ ਨੇ।
ਅਪ ਟੂ ਉੱਪਰ ਤੱਕ ਜਾਂਦੀ ਆ। ਅਮੂਲ ਦੇ ਵਿੱਚ ਸਾਡੇ ਕੋਲ ਮਤਲਬ ਕਿ ਸ਼ੂਗਰ ਫਰੀ, ਜਿਹੜੇ ਲੋਕਾਂ ਨੂੰ ਸ਼ੂਗਰ ਆ ਔਰ ਡਾਇਰੈਕਟ ਸ਼ੂਗਰ ਨਹੀਂ ਉਹ ਖਾਣਾ ਚਾਹੁੰਦੇ, ਉਹਨਾਂ ਵਾਸਤੇ ਸਾਡੇ ਕੋਲ ਸ਼ੂਗਰ ਫਰੀ ਚੋਕਲੇਟ ਮਿਲ ਜਾਂਦੀ ਆ, ਸ਼ੂਗਰ ਫਰੀ ਆਈਸਕ੍ਰੀਮ ਮਿਲ ਜਾਂਦੀ ਆ। ਸੋ ਸ਼ੂਗਰ ਫਰੀ ਦੇ ਵਿੱਚ ਵੀ ਕਾਫੀ ਜ਼ਿਆਦਾ ਵਰਾਇਟੀ ਆ। ਹਰ ਕਸਟਮਰ ਦੀ ਰੇਂਜ ਦੇ ਮੁਤਾਬਿਕ ਅਮੂਲ ਨੇ ਪ੍ਰੋਡਕਟ ਲਾਂਚ ਕੀਤੇ ਨੇ ਔਰ ਇੱਕ ਸਾਲ ਹੋ ਚੱਲਾ ਤਕਰੀਬਨ ਸ਼ੋਪ ਓਪਨ ਹੋਈ ਨੂੰ, ਔਰ ਇਸ ਆਊਟਲੈਟ ਦੇ ਵਿੱਚ ਅੱਜ ਤੱਕ ਇੱਕ ਵੀ ਕਸਟਮਰ ਇਹੋ ਜਿਹਾ ਨਹੀਂ ਆਇਆ ਕਿ ਜਿਹਨੇ ਆ ਕੇ ਕੰਪਲੇਂਟ ਕੀਤੀ ਹੋਏ ਕਿ ਸਾਡੇ ਜਿਹੜੇ ਪੈਸੇ ਆ ਵੇਸਟ ਹੋਏ ਆ ਜਾਂ ਆਹ ਚੀਜ਼ ਸਵਾਦ ਨਹੀਂ ਹੈਗੀ। ਰੇਟ ਦੇ ਕੰਪੈਰੀਜ਼ਨ ਪਲੱਸ ਕੁਆਲਿਟੀ ਦੇ ਕੰਪੈਰੀਜ਼ਨ ਅਮੂਲ ਬਹੁਤ ਵਧੀਆ ਵਾ। ਅਮੂਲ ਦੇ ਪ੍ਰੋਡਕਟ ਬਹੁਤ ਅੱਛੇ ਨੇ, ਰੇਂਜ ਬਹੁਤ ਅੱਛੀ ਆ, ਪਲੱਸ ਅਮੂਲ ਦੀ ਕੁਆਲਿਟੀ ਜਿਹੜੀ ਆ ਬਹੁਤ ਜ਼ਿਆਦਾ ਬੈਟਰ ਆ। ਅਮੂਲ ਬਹੁਤ ਨੰਬਰ 1 ਬ੍ਰਾਂਡ ਹੋਣ ਦੇ ਨਾਲ ਨਾਲ ਅਮੂਲ ਦੀ ਕੁਆਲਿਟੀ ਬਹੁਤ ਅੱਛੀ ਆ। ਅਮੂਲ ਚੋਕਲੇਟ ਦੇ ਵਿੱਚ ਵੀ ਅਵੇਲੇਬਲ ਆ, ਅਮੂਲ ਕੋਲ ਡਾਰਕ ਚੋਕਲੇਟ ਸਾਰੀਆਂ ਚੋਕਲੇਟ ਅਵੇਲੇਬਲ ਨੇ, ਪਲੱਸ ਅਮੂਲ ਦੀ ਕੁੱਕੀਜ਼ ਵਗੈਰਾ ਵੀ ਕਾਫੀ ਜ਼ਿਆਦਾ ਆਉਂਦੀਆਂ ਨੇ, ਕੁੱਕੀਜ਼ ਆਉਂਦੀਆਂ, ਬਟਰ ਕੁੱਕੀਜ਼ ਆਉਂਦੀਆਂ, ਨਟਸ ਆਉਂਦੇ ਨੇ ਔਰ ਬਟਰ ਹਰ ਤਰ੍ਹਾਂ ਦੇ ਜਿਹੜੇ ਆ ਅਮੂਲ ਦੀ ਅਵੇਲੇਬਿਲਟੀ ਆ ਔਰ ਕੁਆਲਿਟੀ ਇਹਨਾਂ ਦੀ ਮੱਚ ਬੈਟਰ ਨੇ। ਆਮ ਜਿਹੜੇ ਬਿਸਕਿਟਸ ਨੇ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਕੁਆਲਿਟੀ ਵਧੀਆ ਹੈ ਔਰ ਕਸਟਮਰ ਵੀ ਲਾਈਕ ਕਰ ਰਹੇ ਨੇ ਔਰ ਡੇ ਬਾਈ ਡੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਦੀ ਸੇਲ ਇਨਕਰੀਜ਼ ਹੋ ਰਹੀ ਹੈ ਔਰ ਬ੍ਰਾਂਡ ਆਪਣੀਆਂ ਉਚਾਈਆਂ ਵੱਲ ਪਹੁੰਚ ਰਿਹਾ ਹੈ। ਇੱਕ ਸਭ ਤੋਂ ਪਲੱਸ ਪੁਆਇੰਟ ਇਹ ਹੈ, ਜਿੰਨੀ ਵੀ ਅਮੂਲ ਦੀ ਮਠਿਆਈ ਆਉਂਦੀ ਆ ਪਿਓਰ ਦੇਸੀ ਘਿਓ ਦੀ ਆਉਂਦੀ ਆ ਔਰ ਸਾਰੀ ਹਾਈਜੈਨਿਕ ਆ, ਕੋਈ ਵੀ ਮੈਨੂਅਲ ਕੰਮ ਨਹੀਂ ਹੈਗਾ ਔਰ ਬਹੁਤ ਅੱਛੀ ਆ ਔਰ ਕਸਟਮਰ ਦਾ ਰਿਸਪੋਂਸ ਇੰਨਾ ਵਧੀਆ ਵਾ। ਅਮੂਲ ਦੀ ਕਾਜੂ ਕਤਲੀ ਬਰਫੀ ਬੈਸਟ ਕੁਆਲਿਟੀ ਆ, ਰਸਗੁੱਲੇ, ਗੁਲਾਬ ਜਾਮੁਨ, ਕੇਸਰ ਪੇੜਾ, ਮਲਾਈ ਪੇੜਾ, ਹਰ ਤਰ੍ਹਾਂ ਦੀ ਇੱਥੇ ਮਿਠਾਈ ਅਵੇਲੇਬਲ ਆ। ਤੁਸੀਂ ਜਦੋਂ ਵੀ ਮਰਜ਼ੀ ਆ ਕੇ ਪਿਓਰ ਦੇਸੀ ਘਿਓ ਦੀ ਮਠਿਆਈ ਖਾਓ ਔਰ ਤੁਹਾਨੂੰ ਮੇਰਾ ਯਕੀਨ ਆ ਕਿ ਕਦੀ ਵੀ ਕਸਟਮਰ ਨੂੰ ਫੀਡਬੈਕ ਜਿਹੜਾ ਵਾ ਵਧੀਆ ਤੋਂ ਵਧੀਆ ਮਿਲੇਗਾ, ਕਸਟਮਰ ਨਾਰਾਜ਼ ਨਹੀਂ ਹੋਏਗਾ। ਹਰ ਤਰ੍ਹਾਂ ਦੀ ਕੁਆਲਿਟੀ ਔਰ ਪ੍ਰਾਈਜ਼ ਪ੍ਰੋਡਕਟ ਦੇ ਮੁਕਾਬਲੇ ਪ੍ਰਾਈਜ਼ ਦੀ ਬਹੁਤ ਕਿਫਾਇਤੀ ਆ ਔਰ ਪ੍ਰਾਈਜ਼ ਵੀ ਵਧੀਆ ਵਾ। ਕਿਸੇ ਵੀ ਮੇਰੇ ਵੀਰ ਭੈਣ ਭਰਾ ਨੇ ਆਉਣਾ ਹੋਏ ਮੈਰਿਜ ਪਾਰਟੀ ਵਾਸਤੇ ਜਾਂ ਕਿਸੇ ਵੀ ਫੰਕਸ਼ਨ ਵਾਸਤੇ ਗੈਲਨ ਦੀ ਸੁਵਿਧਾ ਵੀ, ਗੈਲਨ ਅਵੇਲੇਬਲ ਨੇ, 4 ਲੀਟਰ ਦੇ ਵਿੱਚ ਗੈਲਨ ਨੇ, ਹਰ ਤਰ੍ਹਾਂ ਦੇ ਫਲੇਵਰ ਨੇ, ਪਲੱਸ ਇੱਥੇ ਸਿਟਿੰਗ ਦਾ ਅਰੇਂਜਮੈਂਟ ਵੀ ਆ, ਸਿਟਿੰਗ ਵੀ ਤੁਸੀਂ ਆਰਾਮ ਨਾਲ ਬੈਠ ਕੇ ਖਾ ਸਕਦੇ ਹੋ। ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਆ, ਪਾਰਕਿੰਗ ਅਵੇਲੇਬਲ ਨੇ ਔਰ ਅੱਛੇ ਤੋਂ ਅੱਛੇ ਜਿੰਨੀ ਵੀ ਕੁਆਲਿਟੀ ਆ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਅਮੂਲ ਦੀ ਸਪੋਰਟ ਦੇ ਨਾਲ ਧਾਰੀਵਾਲ ਸ਼ਹਿਰ ਨੂੰ ਬਹੁਤ ਹੀ ਅੱਛੀ ਕੁਆਲਿਟੀ ਦਿੱਤੀ ਜਾਵੇ, ਪਲੱਸ ਅਮੂਲ ਦੇ ਪ੍ਰੋਡਕਟ ਅਵੇਲੇਬਿਲਟੀ ਕਰਵਾਈ ਜਾਏ। ਜੇਕਰ ਅਸੀਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਅਮੂਲ ਦਾ ਆਈਸਕ੍ਰੀਮ ਪਾਰਲਰ ਧਾਰੀਵਾਲ ਸ਼ਹਿਰ ਦੇ ਵਿੱਚ ਓਪੋਜ਼ਿਟ NRI ਕੁਲੈਕਸ਼ਨ GT ਰੋਡ ਦੇ ਉੱਤੇ ਅਵੇਲੇਬਲ ਹੈ, ਜਿੱਥੇ ਤੁਸੀਂ 9 ਤੋਂ 10:30 ਵਜੇ ਤੱਕ ਆ ਸਕਦੇ ਹੋ ਔਰ ਵੱਧ ਤੋਂ ਵੱਧ ਤੁਹਾਨੂੰ ਕੁਆਲਿਟੀ ਪ੍ਰੋਵਾਈਡ ਕੀਤੀ ਜਾਏਗੀ। ਪਲੱਸ ਜਿੰਨੇ ਵੀ ਬੈਨੀਫਿਟ ਨੇ ਅਮੂਲ ਦੀ ਸਕੀਮਸ ਦੇ, ਹਰ ਦਿਨ ਕੋਈ ਨਾ ਕੋਈ ਸਕੀਮਸ ਐਡ ਹੁੰਦੀ ਰਹਿੰਦੀ ਆ, ਜਿੰਨੀਆਂ ਵੀ ਅਮੂਲ ਦੀਆਂ ਸਕੀਮਸ ਹੋਣਗੀਆਂ ਉਹ ਤੁਹਾਨੂੰ ਨਾਲ ਦੇ ਨਾਲ ਹੀ ਮਿਲਦੀਆਂ ਰਹਿਣਗੀਆਂ। ਕੰਪਨੀ ਵੱਲੋਂ ਜੋ ਵੀ ਸਕੀਮਸ ਆਉਣਗੀਆਂ ਉਹ ਤੁਹਾਨੂੰ ਬੈਨੀਫਿਟ ਦਿੱਤੇ ਜਾਣਗੇ। ਇਸ ਵੀਡੀਓ ਨੂੰ ਆਪਾਂ ਇੱਥੇ ਹੀ ਵਿਰਾਮ ਦਿੰਦੇ ਹਾਂ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਇੰਨਾ ਟਾਈਮ ਕੱਢ ਕੇ ਆਇਆ ਹੈ ਅਤੇ ਜਿਹੜੇ ਸਾਡੇ ਸਪੋਰਟ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ। ਸ਼ੁਕਰੀਆ ਤੁਹਾਨੂੰ ਇਹੋ ਜਿਹੀ ਕਰਦਾ ਵਾ, ਜਦੋਂ ਆ ਕੇ ਆਪਣੇ ਪੰਜਾਬੀ ਨੇ ਕੰਮ ਖੋਲਿਆ ਹੋਵੇ ਨਾ, ਦਿਲ ਕਰਦਾ ਵੀ ਉਹਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਤਾਂ ਕਿ ਪੰਜਾਬ ਖੁਸ਼ਹਾਲ ਸੂਬਾ ਬਣੇ ਅਤੇ ਵਧੀਆ ਬਣੇ ਅਤੇ ਮੁੰਡੇ ਜਿਹੜੇ ਮਿਹਨਤੀ ਬਣਨ ਅਤੇ ਇੱਥੇ ਆਪਣੇ ਕੰਮ ਕਰਦੇ। ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਹਾਂ ਕਿ ਅੱਛੀ ਤੋਂ ਅੱਛੀ ਜਿਹੜੀ ਆ ਕੁਆਲਿਟੀ ਪਲੱਸ ਨਵੀਂ ਜਿੰਨੀਆਂ ਵੀ ਸਕੀਮਸ ਹੋਣ ਉਹ ਤੁਹਾਨੂੰ ਅਵੇਲੇਬਲ ਕਰਵਾਈਆਂ ਜਾਏ
ਅਤੇ ਜੋ ਵੀ ਅਮੂਲ ਦੀ ਨਵੀਂ ਤੋਂ ਨਵੀਂ ਵਰਾਇਟੀ ਆਏਗੀ ਧਾਰੀਵਾਲ ਸ਼ਹਿਰ ਦੇ ਵਿੱਚ, ਧਾਰੀਵਾਲ ਪਲੱਸ ਆਉਣ ਵਾਲੇ ਜਿੰਨੇ ਵੀ ਸਾਡੇ ਸਰੋਤੇ ਨੇ ਉਹਨਾਂ ਨੂੰ ਵੀ ਦਿੱਤੀ ਜਾਵੇ, ਜਿੰਨੇ ਵੀ ਮੇਰੇ ਯੂਟਿਊਬਰ ਭੈਣ ਭਰਾ ਆਉਂਦੇ ਨੇ ਇੱਥੇ ਵਿਜ਼ਿਟ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਹੋਰ ਜੀ ਆਪਾਂ ਘੁੰਮ ਕੇ ਦੱਸ ਦਈਏ ਇੱਕ ਵਾਰੀ, ਇਹ ਪਾਰਕਿੰਗ ਵੇਖੋ ਕੋਈ ਸਮੱਸਿਆ ਨਹੀਂ ਆ, ਮਗਰ ਖੁੱਲ੍ਹਾ ਥਾਂ ਵਾ, ਜਿੱਥੇ ਮਰਜ਼ੀ ਆਪਣੀਆਂ ਗੱਡੀਆਂ ਲਾਓ ਜੋ ਮਰਜ਼ੀ, ਬਿਲਕੁਲ ਵਧੀਆ ਸੇਫ ਸਾਈਡ ਆ ਧਾਰੀਵਾਲ ਸ਼ਹਿਰ ਵਿੱਚ। ਅਤੇ ਹੁਣ ਵੀਡੀਓ ਸਾਡੀ ਇੱਥੇ ਖਤਮ ਆ ਜੀ, ਚਲੋ ਠੀਕ ਆ ਭਾਜੀ, ਤੁਹਾਡਾ ਵੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਆਪਣਾ, ਬਹੁਤ ਬਹੁਤ ਧੰਨਵਾਦ, ਅਸੀਂ ਸਪੋਰਟ ਪੂਰੀ ਕਰਾਂਗੇ ਤੁਹਾਡੇ, ਜਿਹੜੀ ਵੀਡੀਓ ਵੇਖਦੇ ਆ ਮੈਂ ਸਾਰੇ ਸਪੋਰਟ ਕਰਾਂਗੇ। ਚੰਗਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।